ਪੰਜਾਬ ਕਾਂਗਰਸ ਦੀ ਵੱਡੀ ਮੀਟਿੰਗ ਚੱਲ ਰਹੀ ਹੈ। ਦਵਿੰਦਰ ਯਾਦਵ 3 ਦਿਨ ਦੀ ਮੀਟਿੰਗਾਂ 3 ਦਿਨ ਕਰ ਰਹੇ ਨੇ ਚੰਡੀਗੜ੍ਹ ਦੇ ਅੰਦਰ, ਔਰ ਜਿੰਨੀ ਸੀਨੀਅਰ ਲੀਡਰਸ਼ਿਪ ਹੈ, ਮੌਜੂਦਾ ਵਿਧਾਇਕ, ਸਾਬਕਾ ਵਿਧਾਇਕ, ਉਸ ਤੋਂ ਇਲਾਵਾ ਜਿਹੜੇ ਸਾਂਸਦ ਨੇ, ਪੰਜਾਬ ਦੇ ਕਾਂਗਰਸ ਦੇ ਕਈ ਮੁੱਦਿਆਂ ਤੇ ਚਰਚਾ ਕਰ ਰਹੇ ਨੇ, ਔਰ ਇਹ ਫੀਡਬੈਕ ਲਿਆ ਜਾ ਰਿਹਾ ਕੀ ਸਿਚੁਏਸ਼ਨ ਹੈ। ਬੀਬੀ ਰਜਿੰਦਰ ਕੌਰ ਭੱਠਲ ਹੋਣੀ ਮੁਲਾਕਾਤ ਕਰਕੇ ਆਏ ਨੇ, ਫੀਡਬੈਕ ਦੇ ਕੇ ਆਏ ਨੇ ਕਿ ਅਲਾਇੰਸ ਤੇ ਕੀ ਚਰਚਾ ਕੀਤੀ ਹੈ, ਖਾਸ ਕਰਕੇ ਅਲਾਇੰਸ ਕਿਵੇਂ ਦਾ ਰਹਿਣਾ ਹੈ ਜੇ ਕਰਨਾ ਹੈ, ਔਰ ਕਿਸ ਨਾਲ ਅਲਾਇੰਸ ਰਹਿ ਸਕਦਾ। ਮੈਮ ਕਿਵੇਂ ਦੇਖਦੇ ਹੋ ਜੀ, ਕੀ ਫੀਡਬੈਕ ਤੁਸੀਂ ਦੇਖਿਆ? ਅਸੀਂ ਸਾਰੇ ਪੱਖ ਤੋਂ ਹੀ ਦੱਸਿਆ ਹੈਗਾ ਕਿ ਆਪਣਾ ਅਲਾਇੰਸ ਜਾਂ ਦੇਸ਼ ਨੂੰ ਕਿਵੇਂ ਬਚਾਉਣਾ ਹੈ, ਆਪਣੀ ਬੀਜੇਪੀ ਤੋਂ, ਬੀਜੇਪੀ ਦੀ ਜਿਹੜੀ ਫਿਰਕਾ ਪ੍ਰਸਤੀ ਵਾਲੀ ਸੋਚ ਹੈ ਉਹ ਸਾਰੀਆਂ ਤੋਂ ਬਚਾਉਣ ਵਾਸਤੇ ਸਾਨੂੰ ਕਿਸ ਤਰ੍ਹਾਂ ਕਰਨਾ ਚਾਹੀਦਾ, ਔਰ ਜਿਹੜੇ ਜਿਹੜੇ ਵੀ ਫੈਸਲੇ, ਚਾਹੇ ਉਹ ਡਿਸਿਪਲਨ ਜਾਂ ਚਾਹੇ ਕੋਈ ਨਿੱਕੀ ਮੋਟੀ ਇੰਡੀਵਿਜੁਅਲ ਨਾਰਾਜ਼ਗੀ ਹੈ ਉਹਨਾਂ ਨੂੰ ਇਕੱਠੇ ਕਰਨ ਦੀ, ਤੇ ਇਹ ਸਾਰੀਆਂ ਚੀਜ਼ਾਂ ਦੇ ਬਾਰੇ ਸਾਨੂੰ ਡਿਲੇ ਨਹੀਂ ਕਰਨੀ ਚਾਹੀਦੀ ਫੈਸਲੇ ਜਲਦੀ। ਤੁਸੀਂ ਲੰਬਾ ਦੌਰ ਦੇਖਿਆ, ਪੁਰਾਣੇ ਹੋ ਸਿਆਸਤ 'ਚ, ਪੁਰਾਣਾ ਕਾਂਗਰਸ ਨੂੰ ਸਮਝਦੇ ਹੋ, ਜਿਹੜੇ ਹੁਣ ਹਾਲਾਤ ਨੇ, ਤੁਹਾਨੂੰ ਲੱਗਦਾ ਉਸ ਤਰੀਕੇ ਦਾ ਇਨਡਿਸਿਪਲਿਨ ਹੈਗਾ ਹੈ ਜਾਂ ਅਲਾਇੰਸ ਦੀ ਜ਼ਰੂਰਤ ਹੈ? ਕਾਂਗਰਸ ਕਾਫੀ ਕ੍ਰੂਸ਼ੀਅਲ ਸਟੇਜ ਤੇ ਹੈ, ਤੁਸੀਂ ਪੁਰਾਣੀ ਸਿਆਸਤ ਨੂੰ ਦੇਖ ਕੇ ਅੱਜ ਦੇ ਟਾਈਮ 'ਚ ਕੀ ਫਰਕ ਮਹਿਸੂਸ ਕਰ ਰਹੇ ਹੋ? ਦੇਖੋ, ਜੋ ਵੀ ਹੈਗਾ ਸਿਚੁਏਸ਼ਨਾਂ ਤਾਂ ਸਮਾਜ ਬਦਲਦਾ, ਮੌਸਮ ਬਦਲਦੇ, ਸਾਰੀਆਂ ਚੀਜ਼ਾਂ ਬਦਲਦੀਆਂ ਰਹਿੰਦੀਆਂ, ਹਾਲਾਤ ਵੀ ਬਦਲਦੇ ਰਹਿੰਦੇ ਆ, ਲੇਕਿਨ ਇਹਦੇ ਵਿੱਚ ਇੱਕ ਚੀਜ਼ ਜ਼ਰੂਰ ਸਾਹਮਣੇ ਆਉਂਦੀ ਹੈ ਤੇ ਹੈ ਵੀ ਤੇ ਲੱਗਦੀ ਵੀ ਸੱਚਾਈ ਵੀ ਹੈ। ਅੱਜ ਜੋ ਬੀਜੇਪੀ ਕਿਸ ਤਰੀਕੇ ਦੇ ਨਾਲ, ਸਾਡੇ ਇੱਥੇ ਹੈ ਨਹੀਂ ਉਹਨਾਂ ਦੀ ਕੋਈ ਪਾਪੂਲੈਰਿਟੀ, ਕਿਸੇ ਤਰੀਕੇ ਨਾਲ ਅਕਾਲੀ ਦਲ ਦੀ ਵੀ ਵੀਕਨੈਸ ਹੋਇਆ, ਸਾਰਾ ਪਤਾ ਸਭ ਨੂੰ, ਆਪ ਵਾਲਿਆਂ ਦੇ ਲੋਕ ਵੀ ਨਾਰਾਜ਼ ਨੇ। ਅੱਜ ਕਾਂਗਰਸ ਹੀ ਐਸੀ ਪਾਰਟੀ ਲੱਗਦੀ ਹੈ ਜਿਹੜੀ ਪਾਰਟੀ ਦੇ ਨਾਲ ਅਲਾਇੰਸ ਨੂੰ ਲੈ ਕੇ ਸਭ ਤੋਂ ਪਹਿਲਾਂ ਬਿਆਨ ਦਿੱਤਾ ਸੀ ਕਿ ਆਪ ਵਾਲਿਆਂ ਨਾਲ ਅਲਾਇੰਸ ਹੋਣਾ ਚਾਹੀਦਾ, ਹੁਣ ਤਾਂ ਹੋਣਾ ਚਾਹੀਦਾ। ਤੁਸੀਂ ਕਿਹਾ ਸੀ ਕਿ ਹੋ ਜੇ ਤਾਂ ਵਧੀਆ ਹੈ ਪੰਜਾਬ, ਇਹ ਵੀ ਨਹੀਂ ਕਿਹਾ ਕਦੇ ਵੀ। ਹੁਣ ਕੀ ਲੱਗਦਾ ਤੁਹਾਨੂੰ ਅਲਾਇੰਸ? ਮੈਂ ਹਮੇਸ਼ਾ ਇਹ ਕਿਹਾ ਕਿ ਕੀ ਇਹ ਕਰਨਾ ਜ਼ਰੂਰੀ ਹੈ, ਤੇ ਜੇ ਜ਼ਰੂਰੀ ਹੈ ਤਾਂ ਕਿਵੇਂ ਕਰਨਾ, ਅਸੀਂ ਉਹਦੇ ਬਾਰੇ ਰਾਏ ਦੇਵਾਂਗੇ। ਲੇਕਿਨ ਜੇ ਸਾਡੀ ਰਾਏ ਪੁੱਛਦੇ ਹੋਣਾ ਚਾਹੀਦਾ ਕਿ ਨਾ ਹੋਣਾ ਚਾਹੀਦਾ, ਉਹ ਮੈਂ ਦੱਸਦੀ ਹੈਗੀ ਆ ਕਿ ਉਹਦੇ ਵਿੱਚ ਸਾਨੂੰ ਨੁਕਸਾਨ ਜ਼ਿਆਦਾ ਹੈ, ਫਾਇਦਾ ਘੱਟ ਹੈ। ਨੁਕਸਾਨ ਕਿਉਂ ਹੈ ਮੈਡਮ? ਨਹੀਂ, ਸਰਕਾਰ ਦੇ ਖਿਲਾਫ ਜਿਸ ਤਰੀਕੇ ਦਾ ਅੱਜ ਬਾਵੇਲਾ ਜਾਂ ਉਹ ਕਿਵੇਂ ਵਾਅਦੇ ਕਰਕੇ ਪੂਰੇ ਨਹੀਂ ਕੀਤੇ, ਪੂਰੇ ਮੁੱਕਰ ਗਏ, ਉਸ ਤੋਂ ਪਿੱਛੇ ਰਹਿ ਗਏ ਹੈ, ਇਸ ਕਰਕੇ ਉਹ ਸਾਰੀਆਂ ਚੀਜ਼ਾਂ ਲਈ ਅਸੀਂ ਵੀ ਉਹਨਾਂ ਗਨਾਹਾਂ ਵਿੱਚ ਸ਼ਾਮਲ ਹੋ ਜਾਵਾਂਗੇ। ਕੁਝ ਕੁ ਸਾਂਸਦ ਪਰ ਹੱਕ 'ਚ ਨੇ, ਰਵਨੀਤ ਬਿੱਟੂ, ਗੁਰਜੀਤ ਔਜਲਾ, ਉਹ ਅਲਾਇੰਸ ਦੇ ਹੱਕ 'ਚ ਨੇ। ਦੇਖੋ, ਹਰ ਇੱਕ ਦੀ ਆਪਣੀ ਰਾਏ ਹੁੰਦੀ ਹੈ, ਆਪਾਂ ਆਪਣੀ ਰਾਏ ਦੇਣੀ, ਹਰ ਦਾ ਹੱਕ ਹੈ, ਡੈਮੋਕਰੇਸੀ ਹੈ, ਫੈਸਲਾ ਉੱਪਰ ਲਿਆ। ਨਵਜੋਤ ਸਿੱਧੂ ਤੇ ਕੀ ਕਮੈਂਟ? ਨਹੀਂ, ਮੈਂ ਕੋਈ ਨਹੀਂ ਕਰਦੀ ਹੈਗੀ, ਮੈਂ ਤਾਂ ਕਹਿੰਦੀ ਹਾਂ ਕਿ ਜੇ ਉਹ ਕਹਿ ਰਹੇ ਹੈਗੇ ਨਵਜੋਤ ਸਿੱਧੂ ਕਿ ਮੈਂ ਕਾਂਗਰਸੀ ਹਾਂ, ਕਾਂਗਰਸ ਦੇ ਨਾਲ ਹਾਂ, ਕਾਂਗਰਸ ਤਕੜਾ ਕਰਨਾ ਚਾਹੁੰਦਾ, ਤਾਂ ਉਹਨਾਂ ਦੇ ਕੀ ਡਿਫਰੈਂਸ ਹੈ, ਕਿਸੇ ਇੰਡੀਵਿਜੁਅਲ ਨਾਲ ਹੈ ਜਾਂ ਕੀ ਹੈ, ਉਹਨਾਂ ਨੂੰ ਸਾਨੂੰ ਬੁਲਾ ਕੇ ਸਾਡੀ ਗੱਲ ਕਰਨੀ ਚਾਹੀਦੀ। ਕਰਨੇ ਤੇ ਕੋਈ ਇਤਰਾਜ਼ ਤਾਂ ਇਹ ਦੱਸਣਗੇ ਆਪਣੇ ਜਾਦਵ ਜੀ ਇਨਡਿਸਿਪਲਿਨ ਲੱਗਦਾ ਜੀ? ਮੈਂ ਤਾਂ ਇਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ। ਬੀਬੀ ਰਜਿੰਦਰ ਕੌਰ ਭੱਠਲ, ਸਾਬਕਾ ਮੁੱਖ ਮੰਤਰੀ, ਗੱਲਬਾਤ ਕਰ ਰਹੇ ਸੀ ਕਿ ਅਲਾਇੰਸ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਜਿਹੜੀ ਨਿਰਾਸ਼ਾ, ਜਿਹੜੀ ਨਾਰਾਜ਼ਗੀ ਆਮ ਆਦਮੀ ਪਾਰਟੀ ਦੇ ਨਾਲ ਪੰਜਾਬ 'ਚ ਹੈਗੀ ਹੈ ਲੋਕਾਂ ਦੀ, ਉਹ ਕਾਂਗਰਸ ਦੇ ਗਲ ਪੈਗੀ। ਇਹ ਸਿੱਧੇ ਤੌਰ ਤੇ ਰਜਿੰਦਰ ਕੌਰ ਭੱਠਲ ਉਹਨਾਂ ਦਾ ਕਹਿਣਾ ਹੈ, ਔਰ ਫੀਡਬੈਕ ਦੇ ਕੇ ਆਏ ਨੇ ਅਲਾਇੰਸ ਤੇ ਕਿ ਫਾਇਦਾ ਘੱਟ ਹੈ, ਨੁਕਸਾਨ ਜ਼ਿਆਦਾ ਹੈ ਅਲਾਇੰਸ ਦਾ। ਕੈਮਰਾਮੈਨ ਜਤਿੰਦਰ ਸਿੱਧੂ ਨਾਲ ਅਮਨ ਭਾਰਦਵਾਜ, ਨਿਊਜ਼ 18, ਚੰਡੀਗੜ੍ਹ।